ਸਾਸ਼ਕਲ ਜੀ ਆ ਗਏ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ ਗਾਈਜ਼ ਅੱਜ ਦੀ ਵੀਡੀਓ 'ਚ ਮੈਂ ਦੱਸਾਂ ਕਿਵੇਂ ਤੁਸੀਂ ਇੱਕ ਐਪਲੀਕੇਸ਼ਨ ਦੀ ਹੈਲਪ ਦੇ ਨਾਲ ਬਹੁਤ ਜ਼ਿਆਦੀ ਇਨਕਮ ਜਨਰੇਟ ਕਰ ਸਕਦੇ ਹੋ ਬਹੁਤ ਹੀ ਈਜ਼ੀਲੀ ਸੋ ਮੈਂ ਆਪਣੀ ਸਕਰੀਨ ਸ਼ੇਅਰ ਕਰਦਾ ਹਾਂ ਔਰ ਤੁਹਾਨੂੰ ਐਕਸਪਲੇਨ ਕਰਦਾ ਹਾਂ ਸੋ ਗਾਈਜ਼ ਅੱਜ ਮੈਂ ਇੱਕ ਲੂਟ ਐਪਲੀਕੇਸ਼ਨ ਲੈ ਕੇ ਆਇਆ ਜਿਸ ਦੀ ਹੈਲਪ ਦੇ ਨਾਲ ਤੁਸੀਂ ਪੇਟੀਐਮ ਕੈਸ਼ ਅਰਨ ਕਰ ਸਕਦੇ ਹੋ ਬਹੁਤ ਹੀ ਈਜ਼ੀਲੀ ਸੋ ਮੈਂ ਤੁਹਾਨੂੰ ਐਕਸਪਲੇਨ ਕਰਦਾ ਹਾਂ ਇਸ ਐਪਲੀਕੇਸ਼ਨ ਨੂੰ ਔਰ ਤੁਹਾਨੂੰ ਦੱਸਣਾ ਕਿਵੇਂ ਤੁਸੀਂ ਇਹਨੂੰ ਯੂਜ਼ ਕਰਨਾ ਹੈ ਕੀ ਇਹਦੇ ਫੀਚਰਸ ਨੇ ਸੋ ਵਾਧਦੇ ਆਪ ਐਪਲੀਕੇਸ਼ਨ ਦੇ ਵੱਲ ਕੀ ਹੈ ਇਹਨੂੰ ਸਮਝਦੇ ਆਂ ਸੋ ਗਾਇਜ਼ ਇਹ ਦੋ ਐਪਲੀਕੇਸ਼ਨ ਹਨ ਸਿੱਕਾ ਐਂਡ ਸਿੱਕਾ ਬ੍ਰੋ ਗਾਇਜ਼ ਬਿਲਕੁਲ ਸੇਮ ਐਪਲੀਕੇਸ਼ਨ ਹਨ ਕੋਈ ਵੀ ਨਾ ਡਿਫਰੈਂਸ ਨਹੀਂਗਾ ਔਰ ਦੋਨਾਂ ਦੀ ਲਿੰਕ ਡਿਸਕ੍ਰਿਪਸ਼ਨ ਚ ਦਿੱਤੀ ਹੋਈ ਹੈ ਤੁਸੀਂ ਉੱਥੋਂ ਇੰਸਟਾਲ ਕਰ ਸਕਦੇ ਹੋ ਸੋ ਇੱਥੇ ਜਿਵੇਂ ਆਪਾਂ ਸਿੱਕਾ ਐਪਲੀਕੇਸ਼ਨ ਇੰਸਟਾਲ ਕਰ ਲੋਗੇ ਤੁਸੀਂ ਲੌਗਇਨ ਕਰ ਲੋਗੇ ਰਜਿਸਟਰ ਕਿਉਂਕਿ ਬੇਸਿਕ ਜੀਆਂ ਚੀਜ਼ਾਂ ਸਭ ਨੂੰ ਆਉਂਦੀਆਂ ਹੁੰਦੀਆਂ ਨੇ ਇੱਕ ਐਦਾਂ ਰਜਿਸਟਰ ਕਰਨਾ ਸੋ ਨਾਰਮਲੀ ਗੱਲ ਆ ਉਸ ਤੋਂ ਬਾਅਦ ਇਸ ਦੇ ਉੱਤੇ ਕੀ ਹੈ ਇੱਥੇ ਦੇਖੋ ਕਿ ਇਹ ਬਹੁਤ ਸਾਰੀਆਂ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਨੇ ਅਕੈਡਮੀ ਜੋਸ਼ ਐਪਲੀਕੇਸ਼ਨ ਹੈਲਥੀ ਫਾਈ ਰਸ਼ ਇਹਨਾਂ ਨੂੰ ਇੰਸਟਾਲ ਕਰਕੇ ਤੁਸੀਂ ਅਰਨ ਕਰ ਸਕਦੇ ਹੋ ਕਿਵੇਂ ਅਰਨ ਕਰਨਾ ਹੈ ਜਿਵੇਂ ਮੰਨ ਲਓ ਆਪਾਂ ਇੱਥੋਂ ਕੋਈ ਵੀ ਇੱਕ ਐਪਲੀਕੇਸ਼ਨ ਲੈ ਲੈਨੇ ਆ ਮੰਨ ਲਓ ਆਪਾਂ ਇੱਥੇ 1 ਸਕੋਰ ਓਪਨ ਕਰਦੇ ਆ 1 ਸਕੋਰ ਚ ਇਹਨਾਂ ਨੇ ਕਹਿਆ ਹੈ ਕਲਿਕ ਔਨ ਦਾ ਲਿੰਕ ਡਾਊਨਲੋਡ ਦਾ ਐ ਰਜਿਸਟਰ ਔਨ ਦਾ ਐਪ ਐਂਟਰ 올 ਯੂਰ ਡੀਟੇਲ ਐਕਸਪਲੋਰ ધ ਐਪ ਐਂਡ ਹੈਫਨ ਸੋ ਸਿੰਪਲ ਯਾ ਬੇਸਿਕ ਡੀਟੇਲਸ ਇਥੇ ਭਰ ਕੇ ਆਪਰ ਜਿਵੇਂ ਰਜਿਸਟਰ ਕਰਨੇ ਆ ਕੋਈ ਵੀ ਐਪਲੀਕੇਸ਼ਨ ਤੇ ਜਸਟ ਇਥੇ ਰੀਡੀਮ ਤੇ ਕਲਿੱਕ ਕਰਕੇ ਤੁਸੀਂ ਇਥੇ ਕਰਨਾ ਹੈ ਸੋ ਗਾਇਸ ਤੁਹਾਨੂੰ ਇਹ ਲੱਗ ਰਿਹਾ ਹੋਵੇਗਾ 30 ਰੁਪੀਸ ਨੇ ਗਾਇਸ ਇਹ 30 ਰੁਪੀਸ ਨਹੀਂ ਗਏ ਮੈਂ ਤੁਹਾਨੂੰ ਦੱਸਣਾ ਹੈ ਕੀ ਚੀਜ਼ ਹੈ ਇਥੇ ਆਪਾਂ ਨੂੰ ਸਿੱਕਾ ਮਿਲਦੇ ਨੇ ਆ 242 ਸਿੱਕਾ ਨੇ ਮੇਰੇ ਕੋਲ ਇਥੇ 100 ਸਿੱਕੇ ਦੇ 10 ਰੁਪੀਸ ਬਣਦੇ ਇਥੇ ਮੇਰੇ ਕੋਲ 300 ਸਿੱਕੇ ਹੋ ਜਾਣਗੇ ਮੈਂ ਇਹਨੇ ਰੀਡੀਮ ਕਰ ਸਕਦਾ ਮਤਲਬ 300 ਸਿੱਕੇ ਇਕੁਅਲ ਟੂ 30 ਰੁਪ ਸੋ ਮੈਂ ਆਪਣੇ ਤੁਹਾਨੂੰ ट्रांजैक्शन ਹਿਸਟਰੀ ਦਿਖਾਣਾ ਔਰ ਨਾਲ ਤੁਹਾਨੂੰ ਮੈਂ Paytm ਦੇ ਸਕਰੀਨਸ਼ਾਟ ਦਿਖਾਣਾ ਜਦੋਂ ਮੈਨੂੰ ਇਹ ਅਮਾਉਂਟ ਮਿਲੀ ਸੀ ਆ ਗਾਈਜ਼ ਆ 58 ਰੁਪਏ 11 ਰੁਪਏ ਇਸ ਤਨ ਮੈਂ ਨਾਲ ਸਕਰੀਨਸ਼ਾਟ ਦਿਖਾ ਦੇਣਾ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇਹ ਅਮਾਉਂਟ ਮੈਨੂੰ ਮਿਲੀ ਹੋਈ ਆ ਔਰ ਇੱਥੇ ਤੁਸੀਂ ਵੀ ਅਰਨ ਕਰ ਸਕਦੇ ਹੋ ਬਹੁਤ ਈਜ਼ੀਲੀ ਇੱਥੋਂ ਜਿਵੇਂ ਨਾ ਤੁਸੀਂ ਹਾਈएस्ट ਪੇਇੰਗ ਤੇ ਜਾਓਗੇ ਤੁਹਾਨੂੰ ਇੱਥੇ ਹਾਈएस्ट ਪੇਇੰਗ ਆਫਰ ਮਿਲ ਜਾਣਗੇ ਕਈ ਐਪਲੀਕੇਸ਼ਨਾਂ ਤੇ KYC ਵਗੈਰਾ ਕਰਨੀ ਪੈਂਦੀ ਹੈ ਕਈ ਐਪਲੀਕੇਸ਼ਨਾਂ ਤੇ ਵਿਦਾਊਟ KYC ਚੱਲ ਜਾਂਦੀ ਹੈ ਸੋ ਇਥੇ ਮਾਈ ਆਫਰਸ ਤੇ ਮੈਂ ਤਾਂ ਅਵੇਲੇਬਲ ਤਾਂ ਅੱਜ ਕਿ ਦਿਖਾਣਾ ਮੈਂ ਜਿਹੜੀਆਂ ਟਾਸਕ ਕੀਤੀਆਂ ਹੋਈਆਂ ਨੇ ਆ ਦੇਖੋ ਗਾਇਜ਼ ਮੈਂ ਇੱਥੇ ਬਹੁਤ ਸਾਰੀਆਂ ਆਲਰੇਡੀ ਕੀਤੀਆਂ ਹੋਈਆਂ ਨੇ ਟਾਸਕਸ ਇੱਥੇ ਮੈਨੂੰ ਆ ਦੇਖੋ 550 ਕੋਇਨਸ ਮਿਲੇ ਹੋਏ ਨੇ ਮਤਲਬ ਕਿ 55 ਰੁਪਏ ਮਿਲੇ ਹੋਏ ਨੇ ਕਿਉਂਕਿ 550 ਦਾ ਸਿੱਕੇ ਨੇ ਕਿਉਂਕਿ 100 ਸਿੱਕੇ ਦਾ 10 ਰੁਪਏ ਹੁੰਦੇ ਨੇ ਉਸ ਦੇ ਅਕੋਰਡਿੰਗ 55 ਰੁਪਏ ਮੈਨੂੰ ਮਿਲੇ ਹੋਏ ਨੇ ਸੋ ਗਾਇਜ਼ ਇੱਥੇ ਰੈਫਰ ਐਂਡ ਅਰਨ ਦਾ ਵੀ ਸਿਸਟਮ ਹੈ ਸੋ ਗਾਇਜ਼ ਜਿਵੇਂ ਤੁਸੀਂ ਆਪਣੇ ਫਰੈਂਡ ਨੂੰ ਰੈਫਰ ਕਰਦੇ ਹੋ ਉਹਨੇ ਕੋਈ 500 ਕੋਇਨ ਵਾਲੀ ਟਾਸਕ ਕੀਤੀ ਸੋ ਗਾਇਜ਼ ਜਿੰਨਾ ਵੀ ਉਹਨੇ ਅਰਨ ਕੀਤਾ ਮੰਨ ਲਓ ਉਸਨੇ 500 ਕੋਇਨ ਅਰਨ ਕੀਤੇ ਨੇ ਤੁਹਾਨੂੰ ਵੀ 500 ਕੋਇਨ ਹੀ ਮਿਲਣਗੇ ਸੋ ਇੱਥੇ ਜਿਵੇਂ ਆਪਣਾ ਕੋਈ ਤਿੰਨ ਟਾਸਕ ਕੰਪਲੀਟ ਕਰਦਾ ਜਿੰਨੇ ਉਹਨੂੰ ਅਰਨ ਹੋਣਗੇ ਤੁਹਾਨੂੰ ਮਿਲਣਗੇ ਤੁਹਾਡੀ ਰੈਫਰ ਲਿੰਕ ਤੋਂ ਤੁਹਾਡਾ ਫਰੈਂਡ ਆਪਣਾ ਲੌਗਇਨ ਕਰਦਾ ਹੈ ਤਾਂ ਉਹਨੂੰ 25% ਐਕਸਟਰਾ ਰਿਵਾਰਡ ਮਿਲੇਗਾ ਸੋ ਇਹਦਾ ਬਹੁਤ ਵਧੀਆ ਬੈਨੀਫਿਟ ਆ ਔਰ ਤੁਹਾਨੂੰ ਮੈਂ ਦੱਸਣਾ ਦੂਜੀ ਇੱਕ ਹੋਰ ਇਹਦੇ ਵਿੱਚ ਕੀ ਨੇ ਇਥੇ ਤੁਹਾਨੂੰ ਡੇਲੀ ਗਿਫਟ ਮਿਲਣਗੇ ਔਰ ਤੁਹਾਨੂੰ ਇਥੇ ਡੇਲੀ ਸਪਿਨ 휠 ਮਿਲਦਾ ਹੈ ਸੋ ਤੁਸੀਂ ਡੇਲੀ ਸਪਿਨ 휠 ਤੇ ਜਾ ਕੇ ਸਪਿਨ ਕਰਕੇ ਆਪਣਾ ਰਿਵਾਰਡ ਕਲੈਕਟ ਕਰ ਸਕਦੇ ਹੋ ਇਸ ਐਪਲੀਕੇਸ਼ਨ ਦੇ ਵਿੱਚ ਵੀ ਸੇਮ ਹੈ ਔਰ ਇਹ ਦੋਨੋਂ ਐਪਲੀਕੇਸ਼ਨਾਂ ਤੁਸੀਂ ਇੱਕ ਨੰਬਰ ਤੇ ਯੂਜ਼ ਕਰ ਸਕਦੇ ਹੋ ਮਤਲਬ ਕਿ ਸੇਮ ਮੋਬਾਈਲ ਨੰਬਰ ਨਾਲ ਤੁਸੀਂ ਇਹ ਦੋ ਟਾਸਕ ਯੂਜ਼ ਕਰ ਸਕਦੇ ਹੋ ਦੋ ਐਪਲੀਕੇਸ਼ਨਾਂ ਯੂਜ਼ ਕਰ ਸਕਦੇ ਹੋ ਸੋ ਗਾਇਜ਼ ਇਸ ਦੀ ਇੱਕ ਹੋਰ ਤਰੀਕਾ ਜੋ ਕਿ ਤੁਹਾਨੂੰ ਮੈਂ ਅਨਦਰ ਵੀਡੀਓ ਚ ਐਕਸਪਲੇਨ ਕਰਾਂਗਾ ਥੋੜੀ ਜਿਹੀ ਲੈਂਥੀ ਵੀਡੀਓ ਹੈ ਉਸ ਦੇ ਵਿੱਚ ਕੀ ਹੈ ਕਿ ਉਹ ਤੁਹਾਨੂੰ ਮੈਂ ਦਸਾਂ ਕਿਵੇਂ ਤੁਸੀਂ ਇਹ ਤੋਂ ਰਿਡੀਮ ਕੀਤਾ ਤੁਹਾਨੂੰ ਮੈਂ ਦੱਸ ਦਿੰਦਾ ਕਿਵੇਂ ਕਰ ਸਕਦੇ ਹਾਂ ਰਿਡੀਮ ਕਰਨਾ ਹੈ ਨਾ ਤੁਸੀਂ ਤੇ ਕਲਿੱਕ ਕਰੋਗੇ ਰਿਡੀਮ ਤੇ ਕਲਿੱਕ ਕਰੋਗੇ ਜੇ ਤੁਹਾਡੇ ਕੋਲ 300 ਸਿੱਕੇ ਹੋਣਗੇ ਜਦੋਂ ਤੁਸੀਂ ਰਿਡੀਮ ਤੇ ਕਲਿੱਕ ਕਰੋਗੇ ਤੁਹਾਨੂੰ ਇੱਕ Chrome ਬ੍ਰਾਊਜ਼ਰ ਤੇ ਪੇਜ ਤੇ ਲੈ ਕੇ ਜਾਣਗੇ ਉਸ ਤੇ ਤੁਸੀਂ ਕਿਸੇ ਕਿਸੇ ਵੀ UPI ID ਤੇ ਜਾਂ ਕਿਤੇ ਵੀ Paytm Vault ਦੇ ਵਿੱਚ ਕਿਤੇ ਵੀ ਤੁਸੀਂ ਆਪਣੇ ਪੈਸੇ ਟਰਾਂਸਫਰ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈ ਕਿ ਜਿਸ ਮੋਬਾਈਲ ਨੰਬਰ ਨਾਲ ਤੁਸੀਂ ਰਜਿਸਟਰ ਕੀਤਾ ਹੈ ਉਸੇ ਮੋਬਾਈਲ ਨੰਬਰ ਤੇ ਹੀ ਪੇਮੈਂਟ ਕਰਨੀ ਹੈ ਸੋ ਤੁਸੀਂ ਕਿਸੇ ਵੀ UPI ID ਦੀ ਹੈਲਪ ਦੇ ਨਾਲ ਕਿਤੇ ਵੀ ਪੇਮੈਂਟ ਲੈ ਸਕਦੇ ਹੋ ਮੰਨ ਲਓ ਤੁਸੀਂ ਅੰਡਰ ਏਜ ਹੋ ਤੁਹਾਡਾ Paytm Vault ਨਹੀਂ ਚੱਲਦਾ ਹੈਗਾ ਤੁਸੀਂ ਕਿਸੇ ਦੀ UPI ID ਆਪਣੇ ਪੇਰੈਂਟਸ ਦੀ UPI ID ਤੇ ਵੀ ਆਪਣੀ ਪੇਮੈਂਟ ਟਰਾਂਸਫਰ ਕਰ ਸਕਦੇ ਹੋ ਸੋ ਇੱਥੇ ਦੂਜੀ ਦੂਜੀ ਚੀਜ਼ ਹੈ ਮੈਂ ਤੁਹਾਨੂੰ ਵਰਚੁਅਲ ਸਪੇਸ ਦੇ ਵਿੱਚ ਕਿਵੇਂ ਯੂਜ਼ ਕਰਨਾ ਇਸ ਐਪਲੀਕੇਸ਼ਨ ਨੂੰ ਉਹ ਤੁਹਾਨੂੰ ਮੈਂ ਇੱਕ ਤਰੀਕਾ ਲੈ ਕੇ ਆਉਂਗਾ ਨੈਕਸਟ ਵੀਡੀਓਜ਼ ਦੇ ਵਿੱਚ ਔਰ ਇੱਕ ਅਰਨਿੰਗ ਪਲੇਟਫਾਰਮ ਅਸੀਂ ਲਾਂਚ ਕਰ ਰਹੇ ਹਾਂ ਆਪਣਾ ਸੋ ਉਸ ਦੇ ਵਿੱਚ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ ਤੁਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਸਾਰਾ ਕੁਝ ਡਿਟੇਲ ਚ ਦੱਸਾਂਗਾ ਸੋ ਗਾਇਜ਼ ਆਹੀ ਸੀ ਅੱਜ ਦੀ ਵੀਡੀਓ ਲਈ ਅਗਰ ਤੁਹਾਨੂੰ ਵੀਡੀਓ ਬਹੁਤ ਸਾਹੀ ਪਸੰਦ ਆਈ ਹੋ ਜਾਈ ਤਾਂ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਔਰ ਚੈਨਲ ਸਬਸਕ੍ਰਾਈਬ ਕਰਨਾ ਤਾਂ ਭੁੱਲਿਓ ਨਾ ਰੈੱਡ ਕਲਰ ਨੂੰ ਗ੍ਰੇ ਕਰ ਦੋ ਔਰ ਮਿਲਦੇ ਹਾਂ ਹੋਰ